ਸਾਰਾ ਪੰਜਾਬ ਸਾਰੇ ਸਾਡੇ ਪੰਜਾਬੀ ਇਸ ਗੱਲ ਤੋਂ ਬਹੁਤ ਚਿੰਤਤ ਨੇ ਵੀ 11 ਜਾਨਾਂ ਕਿਸੇ ਕਾਰਨ ਜਿਹੜੀ ਦੁਰਘਟਨਾ ਹੋਈ ਉਹ ਚਲੀ ਗਈ ਹੈ। ਸੋ ਉਹਨਾਂ ਨੇ ਕਿਹਾ ਸੀ ਇੱਕ ਹਫ਼ਤੇ ਦੇ ਅੰਦਰ ਤੁਸੀਂ ਇਹਦੀ ਮੀਟਿੰਗ ਕਰੋ। ਸੋ ਅਸੀਂ ਫਿਜ਼ੀਕਲ ਮੀਟਿੰਗ ਕੀਤੀ ਹੈ, ਸਾਰੇ ਮੈਂਬਰਸ ਪਹੁੰਚੇ ਨੇ। ਇਸ ਇੰਸੀਡੈਂਟਸ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਸੀ, ਉਹਨਾਂ ਸਾਰਿਆਂ ਦੀਆਂ ਗੱਲਾਂ ਸੁਣੀਆਂ ਨੇ, ਉਹਨਾਂ ਨਾਲ ਗੱਲਬਾਤ ਸਾਰੀ ਰਿਕਾਰਡ ਕੀਤੀ ਹੈ। ਸਾਡੀ ਉਹਨਾਂ ਨੇ ਡਿਊਟੀ ਲਗਾਈ ਹੈ ਵੀ ਇਹ ਘਟਨਾ ਘਟਣ ਦੇ ਕਾਰਨ ਤੁਸੀਂ ਸਾਨੂੰ ਦੱਸਿਆ ਜਾਵੇ। ਹੱਥ ਜੋੜ ਕੇ ਪ੍ਰਾਰਥਨਾ ਹੈ ਵੀ ਇੱਕ ਬੜੀ ਮਾੜੀ ਘਟਨਾ ਜਿਹੜੀ 30 ਤਰੀਕ ਸੰਡੇ ਨੂੰ ਇਸੇ ਜਗ੍ਹਾ 'ਤੇ ਹੋਈ ਹੈ ਜਿੱਥੇ ਸਾਰੇ ਸਾਰਾ ਪੰਜਾਬ ਸਾਰੇ ਸਾਡੇ ਪੰਜਾਬੀ ਇਸ ਗੱਲ ਤੋਂ ਬਹੁਤ ਚਿੰਤਤ ਨੇ ਵੀ 11 ਜਾਨਾਂ ਕਿਸੇ ਕਾਰਨ ਜਿਹੜੀ ਦੁਰਘਟਨਾ ਹੋਈ ਉਹ ਚਲੀ ਗਈ ਹੈ। ਸਾਰੇ ਉਹਨਾਂ ਦੇ ਪਰਿਵਾਰ ਦੇ ਨਾਲ ਬੜਾ ਦੁੱਖ ਸਭ ਨੂੰ ਹੈ ਔਰ ਸਾਰੀਆਂ ਸਰਕਾਰੀ ਸੰਸਥਾਵਾਂ, ਸਾਰੇ ਵਿਭਾਗ, ਸਾਰੇ ਲੋਕ ਵੀ ਇਸ ਬਚਾਉਣ ਦੇ ਪ੍ਰਕਿਰਿਆ 'ਚ ਲੱਗੇ ਗਏ। ਸਾਰਾ ਤੁਹਾਡੇ ਸਾਹਮਣੇ ਹੀ ਸਾਰਾ ਕੁਛ ਹੈ। 2 ਤਰੀਕ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜੀ ਅਥਾਰਟੀ ਹੈ ਉਹਨਾਂ ਨੇ ਇੱਕ ਜ਼ਿੰਮੇਵਾਰੀ ਇੱਕ ਕਮੇਟੀ ਦੀ ਲਾਈ ਜਿਹਦਾ ਨਾਂ ਹੀ ਫੈਕਟ ਫਾਈਂਡਿੰਗ ਜੁਆਇੰਟ ਕਮੇਟੀ ਹੈ। ਉਹਦੇ ਅੰਦਰ 8 ਮੈਂਬਰਸ ਨੇ, ਮੈਨੂੰ ਉਹਦੇ ਚੇਅਰਮੈਨ ਦੇ ਨਾਤੇ ਜ਼ਿੰਮੇਵਾਰੀ ਮਿਲੀ ਹੈ। ਉਹਦੇ ਅੰਦਰ NDRF ਦੇ ਰਿਪ੍ਰਜੈਂਟੇਟਿਵ ਆਏ ਨੇ, PGI ਤੋਂ ਡਾਕਟਰ ਸਾਹਿਬਾਨ ਦਾ ਰਿਪ੍ਰਜੈਂਟੇਸ਼ਨ ਹੈ, ਇੱਕ ਆਪਣਾ ਇੰਡੀਆ ਇੰਸਟੀਚਿਊਟ ਆਫ ਟੌਕਸੀਕੋਲੋਜੀ ਰਿਸਰਚ ਜਿਹੜਾ ਉਹਦੇ ਮੈਂਬਰਸ ਆਏ ਨੇ ਲਖਨਊ ਤੋਂ, ਔਰ ਇੱਕ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਮਿਨਿਸਟਰੀ ਦੇ ਅੰਦਰ ਇਨਵਾਇਰਮੈਂਟ ਦੇ ਅੰਦਰ ਉਹਨਾਂ ਦੇ ਗੁਰਨਾਮ ਸਿੰਘ ਜੀ ਆਏ ਨੇ। ਸੋ ਇਸੇ ਤਰ੍ਹਾਂ PPCB ਦੇ ਵੀ ਇੱਕ ਮੈਂਬਰ ਸੈਕਟਰੀ ਉਹਦੇ 'ਚ ਮੈਂਬਰ ਨੇ, ਔਰ ਲੋਕਲ ਡਿਪਟੀ ਕਮਿਸ਼ਨਰ ਸਾਹਿਬ ਉਹ ਮੈਂਬਰ ਨੇ, ਔਰ ਕਮਿਸ਼ਨਰ ਸਾਹਿਬ ਮੈਂਬਰ ਨੇ। ਸੋ 8 ਮੈਂਬਰਾਂ ਦੀ ਇੱਕ ਕਮੇਟੀ। ਸੋ ਉਹਨਾਂ ਨੇ ਕਿਹਾ ਸੀ ਇੱਕ ਹਫ਼ਤੇ ਦੇ ਅੰਦਰ ਤੁਸੀਂ ਇਹਦੀ ਮੀਟਿੰਗ ਕਰੋ। ਸੋ ਅਸੀਂ ਫਿਜ਼ੀਕਲ ਮੀਟਿੰਗ ਕੀਤੀ ਹੈ, ਸਾਰੇ ਮੈਂਬਰਸ ਪਹੁੰਚੇ ਨੇ, ਔਰ ਸਵੇਰੇ ਇਹਨਾਂ ਨੂੰ ਸਾਰੀ ਪਹਿਲਾਂ ਬਰੀਫਿੰਗ ਕੀਤੀ ਗਈ ਹੈ। ਔਰ ਦੂਸਰਾ ਸਾਡਾ ਜਿਹੜਾ ਏਜੰਡਾ ਸੀ ਵੀ ਜਿਹੜੀ ਸਾਈਟ ਵਿਜ਼ਿਟ ਅਸੀਂ ਜ਼ਰੂਰ ਕਰੀਏ ਜਿੱਥੇ ਘਟਨਾ ਘਟੀ ਹੈ। ਔਰ ਤੁਸੀਂ ਸਾਰਿਆਂ ਨੇ ਦੇਖਿਆ ਵੀ ਸਵੇਰ ਤੋਂ ਲੈ ਕੇ ਸਾਰੇ ਐਕਸਪਰਟਸ ਇੱਥੇ ਆ ਕੇ ਪਹਿਲੇ ਇੱਕ ਇੱਕ ਪੁਆਇੰਟ ਦੇਖਿਆ, ਇੱਕ ਇੱਕ ਜਗ੍ਹਾ ਦੇਖੀ ਹੈ, ਇੱਕ ਇੱਕ ਲੋਕੇਸ਼ਨ ਦੇਖੀ ਹੈ, ਔਰ ਜਿੰਨਾ ਵੀ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਹੈ ਉਹ ਸਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਇਲਾਵਾ ਥੋੜ੍ਹੀ ਦੇਰ ਬੈਠ ਕੇ ਜਿਹੜੇ ਪਰਮਾਤਮਾ ਵੱਲੋਂ ਬਚ ਕੇ ਗਏ ਜਾਂ ਜਿਨ੍ਹਾਂ ਨੇ ਸਹਾਇਤਾ ਕੀਤੀ, ਜਿਹੜੇ ਕੋਈ ਇਸ ਇੰਸੀਡੈਂਟਸ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਸੀ, ਉਹਨਾਂ ਸਾਰਿਆਂ ਦੀਆਂ ਗੱਲਾਂ ਸੁਣੀਆਂ ਨੇ, ਉਹਨਾਂ ਨਾਲ ਗੱਲਬਾਤ ਸਾਰੀ ਰਿਕਾਰਡ ਕੀਤੀ ਹੈ, ਨੋਟ ਕੀਤੀ ਹੈ, ਔਰ ਮੇਰੇ ਨਾਲ ਜਿਹੜੇ ਸਾਰੇ ਮੈਂਬਰਸ ਨੇ ਉਹਨਾਂ ਨੇ ਵੀ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ। ਸੋ NGT ਕਮੇਟੀ ਦਾ ਇੱਕੋ ਮੰਤਵ ਹੈ, ਸਾਡੀ ਉਹਨਾਂ ਨੇ ਡਿਊਟੀ ਲਗਾਈ ਹੈ ਵੀ ਇਹ ਘਟਨਾ ਘਟਣ ਦੇ ਕਾਰਨ ਤੁਸੀਂ ਸਾਨੂੰ ਦੱਸਿਆ ਜਾਵੇ। ਫੈਕਟ ਫਾਈਂਡਿੰਗ ਕਮੇਟੀ ਹੈ, ਸੋ ਅਸੀਂ ਫੈਕਟਸ ਵਾਸਤੇ ਕੰਮ ਕਰ ਰਹੇ ਹਾਂ ਪੂਰੇ ਟਰਾਂਸਪੇਰੈਂਟ ਮੈਨਰ ਨਾਲ, ਪੂਰੇ ਓਨੈਸਟੀ ਨਾਲ, ਔਰ ਸਾਰੇ ਐਕਸਪਰਟ ਮੈਂਬਰ ਨੇ ਉਹਨਾਂ ਨੇ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਨੇ, ਔਰ ਅਸੀਂ ਇਹ ਹੁਣ ਵਿਜ਼ਿਟ ਫਿਨਿਸ਼ ਕਰਕੇ ਫਿਰ ਜਿਹੜਾ ਨੇੜੇ ਇੱਕ ਪੁਆਇੰਟ ਆ ਅਸੀਂ ਉੱਥੇ ਆਪਣੀ ਫਿਰ ਮੀਟਿੰਗ ਕਰਾਂਗੇ ਅਤੇ ਅਗਲਾ ਕੋਰਸ ਆਫ ਐਕਸ਼ਨ ਉਦੋਂ ਡਿਸਾਈਡ ਕੀਤਾ ਜਾਏਗਾ। ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਵੀ ਹਾਲੇ ਸਾਰੀ ਸ਼ੁਰੂਆਤੀ ਇਹ ਜਾਂਚ ਹੈ, ਇਸ ਤੋਂ ਇਲਾਵਾ ਵੀ ਤੁਹਾਨੂੰ ਜਾਣਕਾਰੀ ਹੋਏਗੀ ਵੀ ਪਹਿਲੇ ਵੀ ਆਪਣੀ ਜਿਹੜੀ ਸੈਕਟੋਰਲ ਕਮੇਟੀ ਬਣੀ ਹੈ ਉਹ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ, ਪੋਸਟਮਾਰਟਮ ਵੀ ਹੋਇਆ ਔਰ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ 'ਚ ਨੇ। ਤਾਂ ਮੈਨੂੰ ਲੱਗਦਾ ਵੀ ਅਸੀਂ ਇਸ ਜਿਹੜੀ ਘਟਨਾ ਹੈ ਉਹਦੀ ਜਿਵੇਂ ਸਾਨੂੰ ਮਤਲਬ ਉਹਦੀ ਦੁਰਘਟਨਾ ਦਾ ਇੱਕ ਬੜਾ ਅਫਸੋਸ ਹੈ ਸਾਰਿਆਂ ਨੂੰ, ਔਰ ਉਸ ਨਾਤੇ ਸਿਰਫ ਦੂਸਰਾ ਜਿਹੜਾ NGT ਦਾ ਵੀ ਫੈਕਟ ਫਾਈਂਡਿੰਗ ਕਰਕੇ ਵੀ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਹੋਣ, ਉਹ ਸਾਡੀ ਸਾਰਿਆਂ ਦੀ ਵੀ ਜ਼ਿੰਮੇਵਾਰੀ ਹੈ, ਸਾਰੇ ਵਿਭਾਗਾਂ ਦੀ ਵੀ, ਸਾਰੇ ਲੋਕਾਂ ਦੀ ਵੀ, ਸਾਰੇ ਵਸਨੀਕਾਂ ਦੀ ਵੀ, ਔਰ ਤਾਂ ਕਿ ਇਹੋ ਜਿਹੀ ਰੈਪੀਟੇਸ਼ਨ ਨਾ ਹੋਵੇ ਔਰ ਇਹੋ ਜਿਹੀਆਂ ਜਿਹੜੀਆਂ ਦੁਰਘਟਨਾਵਾਂ ਉਹਨਾਂ ਤੋਂ ਬਚਿਆ ਜਾਵੇ। ਸੋ ਇਸ ਕੰਮ ਲਈ ਅਸੀਂ ਸਾਰੇ ਲੱਗੇ ਹੋਏ। ਮੈਂ ਸਾਰਾ ਪਹਿਲੇ ਹੀ ਦੱਸ ਦਿੱਤਾ ਵੀ ਸਿਰਫ ਹਾਲੀ ਸ਼ੁਰੂਆਤ ਹੈ, ਤੁਹਾਡੇ ਸਾਹਮਣੇ ਸਾਰੀ ਗੱਲ ਦੱਸੀ ਹੈ, ਜੇ ਅਸੀਂ ਕੁਐਸਚਨ ਆਂਸਰ 'ਚ ਪਵਾਂਗੇ ਤਾਂ ਫਿਰ ਗੜਬੜੇਸ਼ਨ ਅਸੀਂ ਕੁਛ ਨਹੀਂ ਹਾਲੇ ਲੱਗਦਾ, ਸਾਰਿਆਂ ਨੇ ਸੁਣਿਆ ਨੇ, ਸਾਰੇ ਐਕਸਪਰਟਸ ਮੈਂ ਦੱਸ ਦਿੱਤੇ ਆ, 8 ਤਰ੍ਹਾਂ ਦੇ ਸਾਰੇ ਐਕਸਪਰਟਸ ਨੇ, ਸਾਰੇ ਆਪਣੇ ਆਪਣੇ ਫੀਲਡ ਦੇ ਨੇ, ਸਾਰਿਆਂ ਨੂੰ ਅਸੀਂ ਹਾਲੇ ਸ਼ੁਰੂਆਤ ਹੀ ਕੀਤੀ ਹੈ। ਤਾਂ ਮੇਰੀ ਸਿਰਫ ਇਹੀ ਪ੍ਰਾਰਥਨਾ ਜੇ ਕੋਈ ਤੁਹਾਡੇ ਕੋਲ ਇਹੋ ਜਿਹਾ ਕੋਈ ਲੱਗਦਾ ਵੀ ਜਿਹੜਾ ਕਿ ਇਸ ਘਟਨਾ ਨਾਲ ਜੁੜਿਆ ਕੋਈ ਐਵੀਡੈਂਸ ਹੈ ਜਾਂ ਇਸ ਘਟਨਾ ਨਾਲ ਜੁੜੀ ਕੋਈ ਗੱਲ ਹੈ ਉਹ ਹੈ, ਉਸ ਤਰ੍ਹਾਂ ਦੇ ਪ੍ਰਸ਼ਨ ਕਰਦੇ ਰਹੋਗੇ ਤੇ ਸਭ ਕੁਛ ਆ ਰਿਹਾ, 1 by 1 ਆ ਰਿਹਾ, ਇੱਕਦਮ ਸਾਰੀਆਂ ਚੀਜ਼ਾਂ ਨਹੀਂ ਪਹੁੰਚੀਆਂ, ਸਾਰੀਆਂ ਵਾਰੀ ਵਾਰੀ ਸਿਰਫ ਪਹੁੰਚਣੀਆਂ। ਤੁਸੀਂ ਦੇਖਿਆ ਸਭ ਦੇ ਹੱਥ 'ਚ ਫਾਈਲਸ ਨੇ, ਇਹਨਾਂ ਨੂੰ ਰਿਟਨ ਡਾਕੂਮੈਂਟ ਵੀ ਮਿਲਣਗੇ, ਵਿਜ਼ਿਟਸ ਦੇ ਬਾਰੇ ਵੀ ਹੈ, ਅਸੀਂ ਕੰਟੀਨਿਊਸ ਅੱਗੇ ਵੀ ਮੀਟਿੰਗਾਂ ਕਰਦੇ ਰਹਾਂਗੇ। ਸਾਰਾ ਮੁਆਵਜ਼ਾ ਰਾਸ਼ੀ ਦਾ ਉਹਦੇ 'ਚ ਬਿਲਕੁਲ ਕਲੀਅਰ ਕਰ ਦਿੱਤਾ ਗਿਆ, ਉਹ DC ਸਾਹਿਬ ਜਿਹੜੇ ਨੇ, DC ਸਾਹਿਬ ਵੱਲੋਂ ਸਾਰਿਆਂ ਨੂੰ ਪਹੁੰਚ ਜਾਏਗੀ, ਉਹਦੇ ਬਾਰੇ ਤਾਂ ਕੋਈ ਮੈਨੂੰ ਲੱਗਦਾ ਨਹੀਂ ਜ਼ਿਆਦਾ ਕੁਐਸਚਨ ਹੈ, ਪਰ ਜਿਹੜਾ ਅਸੀਂ ਕੰਮ ਸ਼ੁਰੂ ਕੀਤਾ ਪਰਮਾਤਮਾ ਸਾਨੂੰ ਉਹਦੇ 'ਚ ਸੱਚਾਈ ਨਾਲ, ਓਨੈਸਟੀ ਨਾਲ ਉਹ ਕੰਮ ਕਰਾਂਗੇ। ਬਹੁਤ ਬਹੁਤ ਧੰਨਵਾਦ।